ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਰਾਜਾ ਸਾਂਸੀ, ਤਹਿਸੀਲ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ, ਹਰਮਨਵੀਰ ਕੋਲ ਆਪਾਂ ਆਏ ਹਾਂ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਮੱਝਾਂ ਅਤੇ ਦੋ ਗਾਵਾਂ ਤੁਹਾਨੂੰ ਦਿਖਾਉਣੀਆਂ, ਚਾਰ ਪਸ਼ੂ ਦਿਖਾਉਣੇ ਆ, ਚਾਰੇ ਦੀਆਂ ਚਾਰੇ ਤੁਹਾਨੂੰ ਸੂਈਆਂ ਸਵਾਈਆਂ ਦਿਖਾਉਣੀਆਂ ਵਾ। ਇੱਥੇ ਆਓ, ਆਪਣਾ ਦੋ ਟਾਈਮ ਚਵਾਈ ਕਰੋ, ਤਸੱਲੀ ਕਰੋ ਵੇਚ ਚੱਕ ਕੇ, ਅਤੇ ਫਿਰ ਆਪਣਾ ਪਸ਼ੂ ਖਰੀਦੋ। ਅਤੇ ਜਿਹੜਾ ਕੋਈ ਵੀਰ ਨਹੀਂ ਪਹੁੰਚ ਸਕਦਾ, ਵੀਡੀਓ ਕਾਲ 'ਤੇ ਆਪਣੀ ਚਵਾਈ ਜ਼ਰੂਰ ਕਰਾ ਲਈ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ, ਹੋਰ ਠੀਕ ਠਾਕ ਜੀ? ਸਭ ਵਧੀਆ ਜੀ। ਅਤੇ ਨਾਮ ਦੱਸ ਦਿਓ ਭਾਅ ਜੀ। ਮੇਰਾ ਹਰਮਨ, ਜੋ ਪਿੰਡ ਰਾਜਾ ਸਾਂਸੀ, ਜ਼ਿਲ੍ਹਾ ਅੰਮ੍ਰਿਤਸਰ, ਤਹਿਸੀਲ ਅਜਨਾਲਾ ਭਾਅ ਜੀ। ਫੋਨ ਨੰਬਰ ਵੀ ਬੋਲ ਦਿਓ। 86 46 44 31 ਭਾਅ ਜੀ। ਠੀਕ ਹੈ ਜੀ। ਏਅਰਪੋਰਟ ਦੇ ਨਾਲ ਹੀ ਭਾਅ ਜੀ, 1 ਕਿਲੋਮੀਟਰ ਹੀ। ਚਲੋ ਸ਼ੁਰੂਆਤ ਫਿਰ ਪਹਿਲੇ ਨੰਬਰ ਵਾਲੀ ਗਾ ਕੇ ਕਰਦੇ ਹਾਂ। ਕਿੰਨਵਾਂ ਸੁਬਾ ਸੂਈ ਆਈ? ਬਾਕੀ ਇਹ ਆ ਵੀ ਕੱਦ ਬਹੁਤਾ ਉੱਚਾ ਨੀ ਆਪਾਂ ਕਹਿ ਸਕਦੇ, ਹਿਸਾਬ ਦਾ ਹੀ ਕੱਦ ਆ। ਉਸ ਤਰ੍ਹਾਂ ਇਹ ਆ ਵੀ ਰੰਗ ਰੂਪ ਦੀ ਸੋਹਣੀ ਆ। ਹਾਂ ਦੇਖ ਸਕਦੇ ਓਦਾਂ ਸੋਹਣੇ ਰੰਗ ਰੂਪ 'ਚ ਆ। ਤੇ ਵੀਰ ਜੀ ਥੋੜੀ ਜਿਹੀ ਬਾਈ ਜੀ ਦਿਖਾਉਂਦੀ ਜੀ ਆਪਾਂ ਨੂੰ, ਦਿਖਾ ਦਿਓ। ਰੰਗ ਰੂਪ ਦੀ ਚੰਗੀ ਆ, ਮਗਰ ਕੀ ਜੇ ਵਿਧੀ ਇਹਦੇ? ਮਗਰ ਇਹਦੇ ਅੱਛਾ ਆ। ਆਹ ਵੇਖ ਲਓ ਭਾਜੀ, ਦੂਜੇ ਥਣਾ ਨੀ ਵਿਖਾਰੀਏ ਭਾਜੀ। ਚਵਾਈ ਭਾਜੀ ਬੜੀ ਲੱਗੀ ਆ। ਬਾਕੀ ਸਾਰੇ ਥਣਾਂ ਦਾ ਚਵਾ ਸਾਫ ਆ, ਉਹਦਾ ਜਿਹੜਾ ਸਰੂ ਹੈਗਾ। ਹਾਂਜੀ ਬਸ ਆਹੋ ਭਾਜੀ, ਮਾੜਾ ਜਿਹਾ ਨਾਲ ਲੱਗਾ ਠੀਕ ਆ। ਕਰੇ ਕਰ ਇੱਧਰ ਨਹਾਉਣਾ ਇਹਦਾ, ਫਿਰ ਦਿਖਾ ਦਈਏ।
ਤੇ ਉਤਰਾ ਥਾਂ ਤੁਹਾਨੂੰ ਬਰਾਬਰ ਹੈ ਸਾਰੇ? ਹਾਂਜੀ ਜੀ ਥਾਂ ਤੁਹਾਨੂੰ ਭਾਜੀ ਆ ਭੇਜੇ ਸਾਰੇ ਬਾਕੀ ਤਿੰਨੇ। ਤੇ ਇਹਦਾ ਮੁੱਲ ਫਿਰ? ਮੁੱਲ ਭਾਜੀ ਤੁਹਾਨੂੰ ਪਤਾ ਜੇ ਇਹਦੇ ਸਰੋਂ ਨਾ ਲੱਗਾ ਫਿਰ ਤੇ ਬੈਠ 40,000 ਦੀ ਵੇਚ ਦੇਈ ਆ। ਹਾਂਜੀ ਹੁਣ ਇਹਦਾ ਮੁੱਲ 30,000 ਦੀ ਤੇ ਵਿੱਚੋਂ ਕਰਨੀ ਛੋਟ ਛੋਟ 28,000 ਦੀ ਦੇ ਦਾਂਗੇ। ਅੱਛਾ 28,000 ਦੀ ਦੇ ਦੋਗੇ ਭਾਜੀ, ਬਾਕੀ ਚਾਰ ਨਸਲ ਵੇਚ ਲਓ ਦੁੱਧ 12-13 ਕਿਲੋ ਭਰੂਗੀ ਬੈਠ। ਠੀਕ ਹੈ ਜੀ। ਹਾਂਜੀ ਹੁਣ ਜਿਹੜੇ ਤੁਹਾਨੂੰ ਆ ਦੂਸਰੇ ਨੰਬਰ ਤੇ ਤੁਹਾਨੂੰ ਦਿਖਾਉਣੀ ਆ ਸੋਈ ਸਵਾਈ ਆ ਇਹ ਵੀ ਇਹਨਾਂ ਦੇ ਬੱਚੇ ਆ ਕੱਟਾ ਆ ਉਹਦਾ ਜਿਹੜੇ ਹੁਣ ਤੁਹਾਨੂੰ ਚੋਟੀ ਦਿਖਾਉਣੀ ਆ ਤੇ ਜਿਹੜੀ ਉਸ ਤੋਂ ਬਾਅਦ ਤੁਹਾਨੂੰ ਦਿਖਾਉਣੀ ਉਹਦਾ ਬੱਚਾ ਆ। ਦੱਸਿਓ ਵਿਦਿਆ ਝੋਟੀ ਬਾਰੇ ਫਿਰ ਇਹਦਾ ਪਹਿਲਾ ਜੀ। ਅੱਛਾ ਦੁੱਧ ਦੇ ਕੋਲ ਹੀ ਝੋਟੀ ਕੋ ਭਾਜੀ 9-10 ਕਿਲੋ। ਅੱਛਾ ਉਹਨਾਂ ਦਾ ਘਰ ਵਾਲਿਆਂ ਸਾਰਿਆਂ ਨੇ ਮੂੰਹ ਖੁਰ ਦੇ ਡਾਕਟਰ ਟੀਕੇ ਲਾ ਗਿਆ ਉਹਦੇ ਕਰਕੇ ਥੋੜਾ ਜਿਹਾ ਘਟੀ ਜਾ ਹੁਣ ਪੱਕਾ ਦੁੱਧ ਦੇ ਕੋ 7 ਕਿਲੋ ਹੀ ਲੀਟਰ ਆਣਾ। ਅੱਛਾ ਹਾਂਜੀ ਝੋਟੀ ਫੇਰ ਭਾਜੀ ਦੁੱਧ 9-10 ਕਿਲੋ ਕਰੂ 2 ਦਿਨ ਮੇਰਾ ਭਰਾ ਸਾਹਮਣੇ ਜਿਹੜਾ ਆਹੋ ਜਦੋਂ ਫਿਰ ਉਹ ਸਰਕਾਰੀ ਲਾ ਕੇ ਜਾਂਦੇ ਆ ਵੈਕਸੀਨ ਲੱਗਦੀ ਉਹਨਾਂ ਨੂੰ ਚੰਗਾ ਲੱਗਦਾ। ਹਾਂਜੀ ਵੈਕਸੀਨ ਜਦੋਂ ਲੱਗਦੀ ਉਹ ਤਾਂ ਫਿਰ ਥੋੜਾ ਜਿਹਾ ਘਟ ਜਾਂਦੇ ਆ। ਬਾਕੀ ਦੋ ਕੇ ਵਿਖਾ ਦੇ ਤੋੜੋ ਫਿਰ ਠੀਕ ਹੈ ਜੀ। ਠੀਕ ਹੈ ਆਹ ਦੇਖ ਸਕਦੇ ਹਵਾਨੇ ਦਾ ਥੱਲੇ ਫਿਰ ਤੇ ਥਣਾਂ ਦਾ ਸਾਈਜ਼ ਗੈਪ ਵੀ ਚੰਗਾ ਹੈ ਦੂਰ ਦੂਰ ਜਿਹੜਾ ਥਣਾਂ ਬੜੀ ਪੋਲੀ ਲੱਗੀ ਭਾਜੀ ਝੋਟੀ ਤੇ ਬਾਕੀ ਕੱਦ ਕੱਠ ਪਿੱਠਪੁੜਾ ਵੀ ਠੀਕ ਆ। ਹਾਂਜੀ ਤੇ ਇਹਦਾ ਫਿਰ ਮੁੱਲ? ਇਹਦਾ ਮੁੱਲ ਭਾਜੀ 62,000 ਦੀ। 62,000 ਹੈ? 60 ਦੀ ਦੇ ਦਾਂਗੇ। 60,000 ਦੀ ਦੇ ਦੇਣੀ ਹੈ ਕਿ ਕਰਨੀ ਵਿੱਚ ਛੋੜ ਛੱਡੋ? ਕਰ ਦੋ ਵੇਖ ਲਓ ਜੇ ਤੁਸੀਂ ਕਰਨੀ ਹੈ। 2000 ਛੱਡ ਦਈਏ? ਦੇ ਦਾਂਗੇ ਭਾਜੀ ਕੋਈ 58,000 ਦੀ। ਹਾਂ ਹਾਂ ਨਾ ਜੀ ਭਾਜੀ ਹੁਣ 58,000 ਦੀ। ਠੀਕ ਹੈ ਜੀ। ਹਾਂਜੀ ਬਾਕੀ ਜੇ ਟਾਈਮ ਵੀ ਸਵੇਰੋ ਸਵੇਰ ਦਾ ਵਾ ਬਾਹਰ ਵੀ ਆਪਾਂ ਦੇਖ ਸਕਦੇ ਹਨੇਰਾ ਹੀ ਹੈ ਪੂਰਾ ਜੇ ਪੂਰੀਆਂ ਰੱਜੀਆਂ ਰੁੱਜੀਆਂ ਹੋਣੀਆਂ। ਤੇ ਹੁਣ ਆ ਗਈ ਆਪਣੇ ਕੋਲ ਆ ਜਿਹੜੀ ਝੋਟੀ ਜੇ ਚੰਗੇ ਕੱਦ ਕਾਠ ਚ ਵੀ ਝੋਟੀ ਭਰੀ ਜਾਊ ਚਾਰੇ ਡੰਗਰਾਂ ਚਵਾਈ ਸਾਂਭਣ ਵਾਲੀ ਤੋਰੋ ਫਿਰ ਇੱਕ। ਬਾਕੀ ਅੱਖਾਂ ਕਾਲੀਆਂ ਹੀ ਆ ਸਾਰੀਆਂ ਦੀਆਂ ਰੋਸ਼ਨੀ ਪੈਣ ਨਾਲ ਕਈ ਵਾਰੀ ਲਿਸ਼ਕ ਜਾਂਦੀਆਂ। ਇੱਕ ਵਾਰੀ ਫਿਰ ਲੈ ਜਾਓ। ਬਾਕੀ ਉਹ ਤਰ੍ਹਾਂ ਇਹ ਆ ਵੀ ਕੱਦ ਕਾਠ ਦੀ ਚੰਗੀ ਆ ਅੱਜ ਲਿਆਓ ਕੁਛ 19-21 ਭਲਾ ਵੀ ਹੈਗੀਆਂ ਜੇ ਹਵਾਨੇ ਤੇ ਬੱਚਾ ਵੀ ਮਗਰ ਤਾਜ਼ਾ ਹੀ ਆ। ਬੰਦ ਹਾਂ ਦੇਖ ਸਕਦੇ ਥਾਣੇ ਤੇ ਲੱਗ ਗਏ ਤੋਂ
ਅਗਲੇ ਸਵੇ ਭਾਜੀ ਹੋਰ ਕੱਦ ਕਰ ਜੂਗੀ, ਠੀਕ ਹੈ, ਸਵੇ ਝੋਟੀ ਚੰਗੀ ਬਣੂਗੀ। ਤੇ ਇਹਦਾ ਫਿਰ ਮੁੱਲ ਮੁੱਲ ਭਾਜੀ ਦਾ ਵੀ ਜਾਇਜ਼ ਹੀ ਆ, ਕਿੰਨਾ ਮੁੱਲ 75,000 ਦੇ 70 ਦੇ ਦਈਏ, ਕਰਦਾ ਵਿੱਚ 70 ਚ ਕੁਛ ਮੋ ਛੱਡ ਦਈਏ ਭਾਜੀ, 68,000 ਦੀ ਦੇ ਦਈਏ। ਅੱਛਾ 68,000 ਦੀ ਦੇ ਦਾਂਗੇ, ਚਲੋ ਬਾਕੀ ਮੌਕੇ ਤੇ ਹੋਰ ਕਰ ਦੋਗੇ, ਕਰ ਦਾਂਗੇ ਭਾਜੀ, ਜਿਹੜਾ ਵੀ ਫੋਨ ਲਾਓ ਥੋੜਾ ਬੋੜਾ ਕਰ ਦਾਂਗੇ। ਹੁਣ ਆ ਗਾਂ ਵੀ ਇੱਕ ਤਾਜੀ ਸੂਈ ਜਾ ਦੀ ਜੇ, ਬਾਕੀ ਇਹ ਭਾਜੀ ਪਹਿਲੇ ਸੂਏ ਵੈਣ ਸੂਈ ਜੇ ਕੱਲ ਦੀ ਸੀ, ਅੱਛਾ ਵੀ ਬੜੀ ਆ, ਠੀਕ ਸਪੀਡ ਵੀ ਬੜੀ ਆ ਭਾਜੀ। ਅੱਛਾ ਹਾਂਜੀ, ਕੱਲ ਇਹ 2 ਵਜੇ ਨਾਲ ਸੂਈ ਜੇ, 4-5 ਵਜੇ ਫੇਰ ਪਾਜੀ ਦਾ ਕਿ 2.5-3 ਲੀਟਰ ਬੋਲਾ ਚੋਇਆ ਜੀ। ਅੱਛਾ ਹਾਂਜੀ, ਖੋਲ ਕੇ ਮੈਂ ਤੋੜ ਦੋ ਫਿਰ, ਬਾਕੀ ਇਹ ਆ ਵੀ ਨਿੱਕੇ ਨਿੱਕੇ ਜਿਹੇ ਸਿੰਗ ਇਹਦੇ ਹੈਗੇ ਆ, ਠੀਕ ਹੈ ਭਾਜੀ, ਕੱਦ ਕਾਠ ਦੀ ਇਹ ਵੀ ਚੰਗੀ ਆ। ਬੱਚਾ ਕੀ ਜੇ ਇਹਦੇ ਮਗਰ, ਇਹਦੇ ਮਗਰ ਵੱਛੀ ਬੜੀ ਪਿਆਰੀ ਆ, ਤੁਹਾਨੂੰ ਵੱਛੀ ਦਿਖਾਉਂਦੀ ਆ ਹੁਣ। ਬਾਕੀ ਹਵਾਨੇ ਦੀ ਧਾਕੇ ਦੀ ਗਾਹ ਨੂੰ ਚੰਗੀ ਆ, ਇੱਕ ਵਾਰੀ ਫਿਰ ਲੈ ਆਓ ਹਮੀਦ ਜੀ, ਤੋਰੀ ਦਈਏ ਇੱਕ ਵਾਰੀ ਫਿਰ ਤਾਂ। ਭਲਾ ਇਹਦੇ ਵੀ ਹਵਾਲੇ ਤੇ ਹੈਗੇ ਆ, ਤੇ ਆ ਥਾਂ ਇਹਦੇ ਵੀ ਆਪਾਂ ਦੇਖ ਸਕਦੇ ਲਾਗੇ ਤੋਂ, ਤੇ ਆਹ ਵੱਛੀ ਠਾ ਦਾ ਵੱਛੀ ਇੱਕ ਵਾਰੀ, ਹਾਂ ਦੇਖ ਸਕਦੇ ਵੱਛੀ ਬੜੀ ਪਿਆਰੀ ਹੈ ਇਹਦੇ ਮਗਰ, ਕਾਫੀ ਖੂਬਸੂਰਤ ਵੱਛੀ ਆ। ਤੇ ਕਿੰਨਾ ਕੁ ਤੇਰਾ ਦੁੱਧ ਕਰੀ ਜਾਓਗੀ ਵਿਧੀ ਆ? ਦੁੱਧ ਭਾਜੀ ਪਹਿਲੇ ਸਵੇ ਜਾਣਾ ਨਹੀਂ ਆਉਂਦੇ, 15-16 ਲੀਟਰ ਵੈਣ ਭਰੂਗੀ। ਤੇ ਇਹਦਾ ਮੁੱਲ ਫਿਰ? ਇਹਦਾ ਮੁੱਲ ਭਾਜੀ 65,000 ਦੇ 60 ਦੀ ਦੇ ਦਈਏ, 60,000 ਦੋ ਛੱਡ ਦਾਂਗੇ ਭਾਜੀ, 55,000 ਦੇ ਦਈਏ। ਅੱਛਾ 55,000 ਦੀ ਦੇ ਦੋਗੇ, ਚਲੋ ਬਾਕੀ ਮੌਕੇ ਤੇ ਹੋ ਜਾਊਗਾ, ਕਰ ਦਾਂਗੇ ਵੀਰ ਜੀ। ਬਾਕੀ ਇਹੋ ਬੇਨਤੀ ਆ ਸਾਰੇ ਡੰਗਰ ਭਾਜੀ, ਸਵੇ 2 ਟਾਈਮ ਚੋ ਭਲਾ, 4 ਟਾਈਮ ਚੋ ਤਸੱਲੀ ਕਰਕੇ ਖੜੋ, ਤਸੱਲੀ ਕਰਕੇ ਨਾ ਵੇਚ ਚੱਕ ਕੇ ਇੱਥੇ ਖੜੋ ਜੀ, ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ, ਇੱਥੋਂ ਹੀ ਆਪਣਾ ਵੇਚ ਚੱਕ ਕੇ ਸਮਝਣਾ, ਤਸੱਲੀ ਕਰਕੇ ਫਿਰ ਹੀ ਪਸ਼ੂ ਖਰੀਦੋ ਜੀ।